ਤੇ ਜਿਹੜਾ ਭੀਖੀ ਦੇ ਵਿੱਚ ਲਾਠੀ ਚਾਰਜ ਹੋਇਆ ਉਹਦੇ ਵਿੱਚ ਡੀਐਸਪੀ ਸਾਫ਼ ਦਿਖਦਾ ਵੀਡੀਓ 'ਚ ਬੱਸ ਦੇ ਵਿੱਚ ਖੋਦਾ ਮਾਰਦਾ ਭੱਜੇ ਜਾਂਦੇ ਮੁੰਡਿਆਂ ਦੇ ਡਾਂਗਾ ਮਾਰਦਾ ਦਿਖਦਾ ਉਹ ਇਕੱਲਾ ਹੀ ਹੈ ਯਾਨੀ ਇਹ ਕਿੱਡੀ ਸਾਰੀ ਬੇਕਰਤੂਤੀ ਉਹ ਜਿਹੜੀ ਘਟਨਾ ਹੈ ਐਡੀ ਬੇਕਰਤੂਤੀ ਘਟਨਾ ਐਡੀ ਮਾੜੀ ਘਟਨਾ ਮੈਂ ਯਾਨੀ ਜ਼ਿੰਦਗੀ 'ਚ ਪਹਿਲੀ ਵਾਰ ਦੇਖੀ ਹੈ ਕਿ ਇੱਕ ਉੱਚ ਅਧਿਕਾਰੀ ਸਿਵਲ ਵਰਦੀ 'ਚ ਉਹ ਚੰਨੀ ਦਾ ਮੇਰੇ ਖਿਆਲ ਸਕਿਉਰਿਟੀ ਦਾ ਕੋਈ ਇੰਚਾਰਜ ਹੈ ਉਹਨੇ ਏਡਾ ਮਾੜਾ ਕੰਮ ਦੇਖਣ 'ਚ ਆਇਆ ਜਿਹਨਾਂ ਉੱਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਉਹਨੂੰ ਸਸਪੈਂਡ ਕਰਕੇ ਉਹਨੂੰ ਪਰਚਾ ਦਰਜ ਕਰਨਾ ਚਾਹੀਦਾ ਉਹਨੂੰ ਜੇਲ੍ਹ ਛੱਡਣਾ ਚਾਹੀਦਾ ਅਤੇ ਪਰਚਾ ਦਰਜ ਕਰਕੇ ਅਤੇ ਉਹਦੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਨਾ ਕੀਤੀ ਤਾਂ ਅਸੀਂ ਕੋਈ ਨਾ ਕੋਈ ਉਹਦੇ ਖਿਲਾਫ਼ ਐਕਸ਼ਨ ਕਰਾਂਗੇ ਇੱਕ ਤਾਂ ਸਾਡੀ ਇਹ ਮੰਗ ਹੈ ਮੋਦੀ ਤੋਂ ਚੰਨੀ ਸਰਕਾਰ ਤੋਂ ਵੀ ਫੌਰਨ ਉਹਦੇ ਕਾਰਵਾਈ ਕਰੇ ਨਹੀਂ ਸਾਨੂੰ ਕੋਈ ਨਾ ਕੋਈ ਸਟੈਪ ਉਹਦੇ ਖਿਲਾਫ਼ ਚੱਕਣਾ ਪਊਗਾ ਦੂਜੀ ਸਾਡੀ ਮੰਗ ਇਹ ਹੈ ਵੀ ਇਹ ਟੋਲ ਪਲਾਜ਼ੇ ਨੇ ਟੋਲ ਪਲਾਜ਼ੇ ਜਦੋਂ ਹੁਣ ਅਸੀਂ ਛੱਡਣ ਜਾ ਰਹੇ ਹਾਂ 15 ਤਰੀਕ ਨੂੰ ਅਤੇ ਸਰਕਾਰ ਨੇ ਫੀਸਾਂ ਦੁੱਗਣੀਆਂ ਕਰਤੀਆਂ ਉਹਦੀਆਂ ਇਹਦਾ ਮਤਲਬ ਸਰਕਾਰ ਇਹ ਕਹਿੰਦੀ ਹੈ ਵੀ ਜਿਹੜਾ ਸਰਕਾਰ ਸਾਲ ਭਰ ਦੇ ਵਿੱਚ ਉਹਨੂੰ ਘਾਟਾ ਪਿਆ 1 ਸਾਲ 'ਚ ਪੂਰਾ ਕਰਦੀ ਹੈ ਇਹ ਚੱਲਣਾ ਨਹੀਂ ਬਾਈ ਜੇ ਇਸ ਤਰ੍ਹਾਂ ਇਹ ਵਾਪਸ ਨਹੀਂ ਲੈਣਗੇ ਆਪਣਾ ਫੈਸਲਾ ਤਾਂ ਹੋ ਸਕਦਾ ਸਾਨੂੰ ਦੁਬਾਰਾ ਟੋਲ ਪਲਾਜ਼ੇ ਬੰਦ ਕਰਨੇ ਪੈ ਜਾਣ ਇਹ ਚੱਲਣ ਨਹੀਂ ਦੇਣੇ ਅਸੀਂ ਇਸ ਤਰ੍ਹਾਂ 2 ਗੱਲਾਂ ਸਰਕਾਰ ਦੇ ਧਿਆਨ 'ਚ ਦੇਣ ਵਾਸਤੇ ਅਸੀਂ ਤੁਹਾਡੇ ਵਿੱਚ ਜਰੀਏ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਰਕਾਰ ਇਹ ਦੋਨੇ ਗੱਲਾਂ ਬੰਦ ਕਰੇ ਵਰਨਾ ਕੋਈ ਅਸੀਂ ਐਕਸ਼ਨ ਪਲਾਨ ਕਰੀਏ ਆਪਾਂ ਕੇਂਦਰ ਸਰਕਾਰ ਖਿਲਾਫ਼ ਤਾਂ ਕੇਸ ਜਿੱਤ ਲਿਆ ਜੀ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਕੇਂਦਰ ਸਰਕਾਰ ਖਿਲਾਫ਼ ਚੋਣ ਜਿੱਤ ਲਿਆ ਇਹ ਫੈਸਲਾ ਜਿਹੜਾ ਲੜੇ ਸੀ ਜਿੱਤ ਲਿਆ ਤੇ ਜਿਵੇਂ ਅਸੀਂ ਕਰਦੇ ਹੁੰਦੇ ਤੈਨੂੰ ਪਤਾ ਹੀ ਹੈ ਉਹਨੂੰ ਗੋਲ ਨਹੀਂ ਕਰਾਂਗੇ ਚੰਨੀ ਸਾਹਿਬ